अच्छा फिर हम किधर नु चल रहे थे? हेड पर जा रहे हैं। हेड पर चल रहे हैं, पक्की गल ना हुंदा जी। हर साल बंदा भले पैर ना ना भले साधा ये खान के मोड़ दी नहर आ गई जी। नहर वावा डूंगी है इत्थे, हर साल तकरीबन एक अद्धा बंदा डूबदा हां जरूर मरदा। 4 दिन 5 दिन पहले भी एक दिन होया था, पता नहीं निकल गया क्या बनया हुंदा। ਛਾਲ ਮਾਰਦੀ ਸੀ ਫਿਰ ਕੱਢ ਕੁੱਟ ਲਿਆ। ਅੱਛਾ ਹਾਂ, ਸ਼ਾਮ ਨੂੰ ਮਗਰਮ ਟਾਈਮ ਫਿਰ ਬਚਤ ਹੋ ਗਈ। ਬਚਤ ਹੋ ਗਈ ਫਿਰ। ਏਸੀ ਹੈਡ ਤੇ ਪਹੁੰਚ ਗਏ ਜੀ। ਵੱਲੋ ਕੀ ਹੈਡ ਉਹ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਇੱਕ ਨਹਿਰ ਇਸ ਪਾਸੇ, ਇਹ ਖਾਨ ਕੇ ਮੋੜ ਜਾ ਰਹੀ ਹੈ ਤੇ ਇੱਕ ਅੱਧਰ ਹੈ। ਆਹ ਕਿੱਧਰ ਨੂੰ ਚੱਲੀ ਭਾਈ? ਚੋਣੀਆਂ ਜਾ ਰਹੀ ਭਾਈ, ਚੋਣੀਆਂ ਕਰੀਏ ਟਰਾਈ। ਹਾਂ ਜੀ, ਦੇਖੀ ਜਾਏਗੀ ਹੈ ਜੀ ਹੈਡ ਦਾ ਜ਼ਰਾ। ਹਾਂ ਹੈਡ ਦੇ ਨਜ਼ਾਰੇ ਜ਼ਰਾ ਹੈ ਜੀ, ਨਜ਼ਾਰੇ ਦੇਖੋ। ਬਹੁਤ ਪਾਣੀ ਚੱਲਦਾ ਹੈ ਜੀ, ਵਾਧੂ। ਹਾਂ ਜੀ, ਬਹੁਤ ਪਾਣੀ ਚੱਲਦਾ। ਚੱਲ ਮੇਰਾ ਵੀਰਾ, ਕਿੱਥੇ ਆਏ ਸੀ ਅੱਜ? ਸੀ ਆ ਕੇ ਰੋਣਾ ਰਿਜ਼ਾਰਟ ਸਿੰਧੀ ਜ਼ਬਾਨ। ਠੀਕ ਹੈ, ਸਿੰਧੀ ਜ਼ਬਾਨ ਪਹਿਲੀ ਕਰਾਂ ਪਸ਼ਤੋ ਚ ਪੁਖਾਰ ਰਾਗ ਲੈ ਬਲੋਚੀ ਕਹਿ ਬਲੋਚੀ ਜ਼ਬਾਨ ਅਤਕੇ ਵਿਸ਼ ਫਾਰਸੀ ਜ਼ਬਾਨ ਖੁਸ਼ ਆਮਦੀ ਖੈਰ ਮੁਕੱਦਮ ਚੂ ਸਰਾਇਕੀ ਬਿਸਮਿਲਾ ਸਾਈ ਟਿਕਟ ਮਿਲੇਗਾ ਜੀ। ਟਿਕਟ ਘਰ ਹੈ, ਟਿਕਟ ਲੈ ਕੇ ਫਿਰ ਇੱਧਰ ਨੂੰ ਜਾਣੇ। ਟਿਕਟ ਲਿਖਿਆ ਹੋਇਆ ਤੇ 250 ਰੁਪਇਆ, 6 ਤੋਂ 12 ਸਾਲ ਦਾ 100 ਰੁਪਇਆ, ਬਾਕੀ ਅੰਦਰ ਜਾ ਕੇ ਦੇਖਦੇ ਹਾਂ ਕੀ ਸਹੂਲੀਅਤ ਹੈ। ਹਾਲ ਇੱਧਰ, ਅਸੀਂ ਤਾਂ ਇੱਧਰ ਆਏ ਹਾਂ ਸਾਹਮਣੇ। ਸਾਰਾ ਐਟਮਾਂ ਦਾ ਹੀ ਗਾ ਬਾਬਾ, ਰੌਣਕ ਲਾਈ ਜੀ ਉਹਨਾਂ। ਅੱਛਾ ਪਤਕ ਦਸੰਦੀ ਹੋ ਜਾਣੀ ਅੜੀ ਜਵਾਨੀ ਤੇਰੀ ਮੁੱਛ ਵੇ ਖੜੀ।
ਚੜਦੀ ਜਵਾਨੀ ਤੇਰੀ ਮੱਛ ਵੇ ਖੜੀ ਕੀ ਪਤਾ ਕਿੱਥੇ ਸਾਡੀ ਹੋ ਜਾਣੀ ਅੜੀ ਦਿਨਾਂ ਦਿਨ ਗੁੱਡੀ ਬਾਬਾ ਚੜ ਜੂਬਾ ਸਟੇਸ਼ਨ ਹੈ ਜੀ ਇਹ ਚਾਚੇ ਹੋਰ ਇੱਥੇ ਬੈਠੇ ਟਿਕਟ ਦੇ ਰਹੇ ਨੇ ਨਹੀਂ ਦੇ ਰਹੇ ਆ ਰਹੀ ਇੱਥੇ ਜੀ ਅੱਗੇ ਅੱਗੇ ਆ ਅੱਗੇ ਆ ਜੀ ਅੱਗਾ ਆ ਜਾ ਇੰਟਰ ਕਰ ਤੂੰ ਵਿਆਹ ਤੇ ਆਇਆ ਨਹੀਂ ਪਹਿਲੇ ਇੱਧਰ ਚਲੀ ਗਏ ਜੀ ਚੱਲ ਇੱਧਰ ਐਫਲ ਟਾਵਰ ਹੈ ਇੱਧਰ ਹੀ ਬਣਾ ਲਾ ਓਏ ਇਜਿਪਟ ਹੈ ਖਿੱਚਦੇ ਨਾ ਇਹਦੀ ਤਾਂ ਬਹੁਤ ਅੱਛੀ ਰਾਏ ਬਹੁਤ ਅੱਛਾ ਬਣਿਆ ਵਾ ਚਲਾ ਹੈ ਤੇਰੀ ਖੈਰ ਇਹਦੇ ਵਿੱਚ ਆ ਜਾ ਤੂੰ ਤਾਂ ਲੱਗਦਾ ਤਾਜ ਮਹਿਲ ਪਹੁੰਚ ਗਿਆ ਨਹੀਂ ਆਪਾਂ ਨੇ ਗੰਜ ਫੜੀ ਦੱਸੀ ਹੁਣ ਨਹੀਂ ਬਚਦਾ ਚੱਲੀ ਜਾਂਦੇ ਨਾ ਡੱਕ ਤੂੰ ਨਾ ਡੱਕ ਬੋਟਿੰਗ ਵੀ ਹੈ ਇੱਥੇ ਜੀ ਜ਼ੂ ਵੀ ਹੈ ਉਸ ਤੋਂ ਇਲਾਵਾ ਬੱਚਿਆਂ ਵਾਸਤੇ ਝੂਲੇ ਵੀ ਹੈ ਜੰਗਲ ਬਹੁਤ ਬੜਾ ਕਾਫੀ ਬੜਾ ਅਤੇ ਤੁਸੀਂ ਪੂਰਾ ਪੂਰਾ ਦਿਨ ਗੁਜ਼ਾਰ ਸਕਦੇ ਹੋ ਇੰਨੇ ਆਰਾਮ ਨਾਲ ਐਡੀ ਵੱਡੀ ਜਗ੍ਹਾ ਅਤੇ ਗਰਮੀਆਂ ਵਾਸਤੇ ਤਾਂ ਬਹੁਤ ਹੀ ਅੱਛੀ ਜਗ੍ਹਾ ਅਰਤਬਲ ਅਰਤਰੁਲ ਟੱਚ ਕਰਾਂ ਕਿ ਨਹੀਂ ਕਰਨਾ ਇਹ ਕਿਲੋਮੀਟਰ ਦੀ ਉਹ ਕਹਿ ਰਿਹਾ ਸੀ ਕਿਹੜਾ ਕਿਲੋਮੀਟਰ ਜਿਹੜਾ ਨੀਚੇ ਤੀ ਹੋ ਗਿਆ ਆ ਜਿਹੜਾ ਆਹੀ ਮੁੰਡਾ ਸੀ ਉਹ ਜਿਹੜਾ ਬਹਾ ਕੇ ਨਹੀਂ ਗਿਆ ਉੱਥੇ ਥੋੜਾ ਪਰਾ ਹੋ ਜਾ ਅਮਰ ਭਾਈ ਇਹਨਾਂ ਤੇ ਬੱਸੇ ਲਾ ਲਿਆ ਇਹ ਅਰਤਰੁਲ ਨਿਕਲਣ ਲੱਗ ਗਿਆ ਚੱਲ ਬੰਦੀ ਇਹਦੇ ਵਿੱਚ ਜੀ ਕਾਫੀ ਝੂਲੇ ਬੱਚਿਆਂ ਵਾਸਤੇ ਇਹ ਵੀ ਹੈ ਹਾਰਸ ਰਾਈਡਿੰਗ ਵੀ ਹੈ ਅਤੇ ਆਰਾਮ ਨਾਲ ਜਾਣਦੇ ਵੀਰੇ ਕੋਈ ਲੋੜ ਨਹੀਂ ਛੇਤੀ ਜਾਣ ਦੀ ਅਤੇ 50 ਰੁਪਏ ਹਰ ਰਾਈਡ ਹੈ ਤਕਰੀਬਨ ਜੇ ਘੋੜਾ ਤੁਸੀਂ ਲਓਗੇ ਘੋੜਾ ਸਵਾਰੀ ਤਾਂਗਾ ਸਵਾਰੀ ਉਹ ਜੰਗਲ ਪੂਰੇ ਸ਼ਹਿਰ ਦੀ ਤਕਰੀਬਨ 300 ਰੁਪਇਆ ਦੀ ਹੈ ਅਤੇ ਬਾਕੀ ਜ਼ਿਪ ਲਾਈਨ ਵੀ ਹੈ ਇਹ ਵੀ ਹੈ ਬੋਟਿੰਗ ਵੀ ਹੈ ਬੱਚਿਆਂ ਵਾਸਤੇ ਵੀ ਕਾਫੀ ਹੈ ਇਸ ਤੋਂ ਇਲਾਵਾ ਪੀਂਘਾ ਸ਼ੀਂਘਾ ਅਤੇ ਖਾਣ ਦੇ ਸਟਾਲ ਵੀ ਕਾਫੀ ਹੈ ਜ਼ਰੂਰ ਲਾਈਕ ਕਰੋ ਕਮੈਂਟ ਕਰੋ ਵੀਡੀਓ ਦੇ ਮੁਤਲਿਕ ਕੋਈ ਮਾਲੂਮਾਤ ਚਾਹੀਦੀ ਹੋਵੇ ਜਗ੍ਹਾ ਦੀ ਬਾਰੇ ਰਸਤੇ ਦੇ ਬਾਰੇ 'ਚ ਅਤੇ ਮੈਂ ਤੁਹਾਨੂੰ ਮੁਕੰਮਲ ਗਾਈਡ ਕਰ ਸਕਦਾ ਬਹੁਤ ਬਹੁਤ ਸ਼ੁਕਰੀਆ ਜਜ਼ਾਕ ਅੱਲਾ